ਆ ਦੇਖੋ ਪੁਲਿਸ ਮੁਲਾਜ਼ਮਾਂ ਦੀ ਸ਼ਰੇਆਮ ਗੁੰਡਾਗਰਦੀ। ਦੱਸਦੀਏ ਕਿ ਜਿੱਥੇ ਸੜਕ ਤੇ ਘੁੰਮ ਰਹੇ ਇੱਕ ਨੌਜਵਾਨ ਦੇ ਥੱਪੜ ਮਾਰਿਆ ਗਿਆ ਪੁਲਿਸ ਦੇ ਵੱਲੋਂ, ਉੱਥੇ ਹੀ ਇੱਕ DSP ਦੇ ਵੱਲੋਂ ਦੁਕਾਨਦਾਰ ਨੂੰ ਸ਼ਰੇਆਮ ਧਮਕਾਇਆ ਜਾ ਰਿਹਾ। ਦੱਸਦੀਏ ਕਿ ਇਸ ਦੇ ਵਿੱਚ DSP ਖੁਦ ਕਹਿੰਦਾ ਨਜ਼ਰ ਆ ਰਿਹਾ ਕਿ ਜੇਕਰ 10 ਵਜੇ ਤੋਂ ਬਾਅਦ ਤੈਂ ਦੁਕਾਨ ਖੋਲ੍ਹੀ ਤਾਂ ਤੇਰਾ ਮੈਂ ਜਲੂਸ ਕੱਢ ਦੂੰ। ਤਾਂ ਇਹ ਧਮਕੀ ਜੋ ਹੈ DSP ਦੇ ਵੱਲੋਂ ਸ਼ਰੇਆਮ ਦੁਕਾਨਦਾਰ ਨੂੰ ਦਿੱਤੀ ਗਈ। ਹਾਲਾਂਕਿ ਦੱਸਦੀਏ ਕਿ ਪੁਲਿਸ ਦੇ ਵੱਲੋਂ ਇਹ ਚੈਕਿੰਗ ਕੀਤੀ ਜਾ ਰਹੀ ਸੀ, ਪਰ ਕੁਝ ਨੌਜਵਾਨ ਜਦੋਂ ਸੜਕ ਦੇ ਉੱਤੇ ਘੁੰਮਦੇ ਦਿਖੇ ਤਾਂ ਪੁਲਿਸ ਨੇ ਉਹਨਾਂ ਨੂੰ ਰੋਕ ਕੇ ਉਹਨਾਂ ਨੂੰ ਸਮਝਾਉਣ ਦੀ ਥਾਂ ਤੇ ਕੁੱਟਮਾਰ ਹੀ ਕਰਨੀ ਸ਼ੁਰੂ ਕਰ ਦਿੱਤੀ। ਤੇ ਵੀਡੀਓ ਇਸ ਦੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਇੱਕ ਨੌਜਵਾਨ ਦੇ ਪੁਲਿਸ ਮੁਲਾਜ਼ਮ ਦੇ ਵੱਲੋਂ ਥੱਪੜ ਜੜਿਆ ਗਿਆ। ਹਾਲਾਂਕਿ ਇਹਨਾਂ ਨੂੰ ਥੱਪੜ ਮਾਰਨ ਦੀ ਇਜਾਜ਼ਤ ਕਿਸਨੇ ਦਿੱਤੀ, ਇਹ ਆਪਣੇ ਆਪ ਦੇ ਵਿੱਚ ਦੇਖਣਾ ਕਾਫ਼ੀ ਅਹਿਮ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ ਜਦੋਂ ਇਹ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਹ ਸਾਰਾ ਹੀ ਤਮਾਸ਼ਾ ਇੱਕ ਸੀਨੀਅਰ ਅਧਿਕਾਰੀ ਦੀ ਮੌਜੂਦਗੀ ਦੇ ਵਿੱਚ ਚੱਲਿਆ, ਜਦੋਂ ਸ਼ਰੇਆਮ ਪੁਲਿਸ ਦੇ ਵੱਲੋਂ ਲੋਕਾਂ ਦੇ ਨਾਲ ਗੁੰਡਾਗਰਦੀ ਕੀਤੀ ਗਈ। ਹਾਲਾਂਕਿ ਪੁਲਿਸ ਦਾ ਕੰਮ ਹੁੰਦਾ ਲੋਕਾਂ ਦੀ ਸੁਰੱਖਿਆ ਕਰਨਾ, ਜੇਕਰ ਕੋਈ ਨਜਾਇਜ਼ ਕਰ ਰਿਹਾ ਤਾਂ ਉਸਨੂੰ ਸਮਝਾਉਣਾ ਜਾਂ ਫਿਰ ਉਸਦੇ ਖਿਲਾਫ਼ ਕਾਰਵਾਈ ਕਰਨਾ। ਪਰ ਇੱਥੇ ਸਵਾਲ ਇਹ ਵੱਡਾ ਖੜਾ ਹੁੰਦਾ ਕਿ ਸੀਨੀਅਰ ਅਧਿਕਾਰੀ ਸਿਰਫ਼ ਉੱਥੇ ਦਰਸ਼ਕ ਬਣੇ ਹੀ ਨਜ਼ਰ ਆਏ ਨੇ ਅਤੇ ਪੁਲਿਸ ਮੁਲਾਜ਼ਮ ਜੋ ਨੇ ਉਹ ਸ਼ਰੇਆਮ ਲੋਕਾਂ ਦੇ ਨਾਲ ਗੁੰਡਾਗਰਦੀ ਕਰ ਰਹੇ ਸੀ। ਦੱਸਦੀਏ ਕਿ ਦੁਕਾਨਦਾਰ ਨੂੰ ਜਿੱਥੇ ਧਮਕਾਇਆ ਗਿਆ ਉੱਥੇ ਹੀ ਸੜਕ ਦੇ ਉੱਤੇ ਇੱਕ ਘੁੰਮ ਰਹੇ ਨੌਜਵਾਨ ਦੇ ਮੂੰਹ 'ਤੇ ਚਪੇੜ ਵੀ ਮਾਰੀ ਗਈ ਹੈ। ਆ ਦੇਖੋ ਪੁਲਿਸ ਮੁਲਾਜ਼ਮਾਂ ਦੀ ਸ਼ਰੇਆਮ ਗੁੰਡਾਗਰਦੀ। ਦੱਸਦੀਏ ਕਿ ਜਿੱਥੇ ਸੜਕ ਤੇ ਘੁੰਮ ਰਹੇ ਇੱਕ ਨੌਜਵਾਨ ਦੇ ਥੱਪੜ ਮਾਰਿਆ ਗਿਆ ਪੁਲਿਸ ਦੇ ਵੱਲੋਂ, ਉੱਥੇ ਹੀ ਇੱਕ DSP ਦੇ ਵੱਲੋਂ ਦੁਕਾਨਦਾਰ ਨੂੰ ਸ਼ਰੇਆਮ ਧਮਕਾਇਆ ਜਾ ਰਿਹਾ। ਦੱਸਦੀਏ ਕਿ ਇਸ ਦੇ ਵਿੱਚ DSP ਖੁਦ ਕਹਿੰਦਾ ਨਜ਼ਰ ਆ ਰਿਹਾ ਕਿ ਜੇਕਰ 10 ਵਜੇ ਤੋਂ ਬਾਅਦ ਤੈਂ ਦੁਕਾਨ ਖੋਲ੍ਹੀ ਤਾਂ ਤੇਰਾ ਮੈਂ ਜਲੂਸ ਕੱਢ ਦੂੰ। ਤਾਂ ਇਹ ਧਮਕੀ ਜੋ ਹੈ DSP ਦੇ ਵੱਲੋਂ ਸ਼ਰੇਆਮ ਦੁਕਾਨਦਾਰ ਨੂੰ ਦਿੱਤੀ ਗਈ। ਹਾਲਾਂਕਿ ਦੱਸਦੀਏ ਕਿ ਪੁਲਿਸ ਦੇ ਵੱਲੋਂ ਇਹ ਚੈਕਿੰਗ ਕੀਤੀ ਜਾ ਰਹੀ ਸੀ, ਪਰ ਕੁਝ ਨੌਜਵਾਨ ਜਦੋਂ ਸੜਕ ਦੇ ਉੱਤੇ ਘੁੰਮਦੇ ਦਿਖੇ ਤਾਂ ਪੁਲਿਸ ਨੇ ਉਹਨਾਂ ਨੂੰ ਰੋਕ ਕੇ ਉਹਨਾਂ ਨੂੰ ਸਮਝਾਉਣ ਦੀ ਥਾਂ ਤੇ ਕੁੱਟਮਾਰ ਹੀ ਕਰਨੀ ਸ਼ੁਰੂ ਕਰ ਦਿੱਤੀ। ਤੇ ਵੀਡੀਓ ਇਸ ਦੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਇੱਕ ਨੌਜਵਾਨ ਦੇ ਪੁਲਿਸ ਮੁਲਾਜ਼ਮ ਦੇ ਵੱਲੋਂ ਥੱਪੜ ਜੜਿਆ ਗਿਆ। ਹਾਲਾਂਕਿ ਇਹਨਾਂ ਨੂੰ ਥੱਪੜ ਮਾਰਨ ਦੀ ਇਜਾਜ਼ਤ ਕਿਸਨੇ ਦਿੱਤੀ, ਇਹ ਆਪਣੇ ਆਪ ਦੇ ਵਿੱਚ ਦੇਖਣਾ ਕਾਫ਼ੀ ਅਹਿਮ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ ਜਦੋਂ ਇਹ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਹ ਸਾਰਾ ਹੀ ਤਮਾਸ਼ਾ ਇੱਕ ਸੀਨੀਅਰ ਅਧਿਕਾਰੀ ਦੀ ਮੌਜੂਦਗੀ ਦੇ ਵਿੱਚ ਚੱਲਿਆ, ਜਦੋਂ ਸ਼ਰੇਆਮ ਪੁਲਿਸ ਦੇ ਵੱਲੋਂ ਲੋਕਾਂ ਦੇ ਨਾਲ ਗੁੰਡਾਗਰਦੀ ਕੀਤੀ ਗਈ। ਹਾਲਾਂਕਿ ਪੁਲਿਸ ਦਾ ਕੰਮ ਹੁੰਦਾ ਲੋਕਾਂ ਦੀ ਸੁਰੱਖਿਆ ਕਰਨਾ, ਜੇਕਰ ਕੋਈ ਨਜਾਇਜ਼ ਕਰ ਰਿਹਾ ਤਾਂ ਉਸਨੂੰ ਸਮਝਾਉਣਾ ਜਾਂ ਫਿਰ ਉਸਦੇ ਖਿਲਾਫ਼ ਕਾਰਵਾਈ ਕਰਨਾ। ਪਰ ਇੱਥੇ ਸਵਾਲ ਇਹ ਵੱਡਾ ਖੜਾ ਹੁੰਦਾ ਕਿ ਸੀਨੀਅਰ ਅਧਿਕਾਰੀ ਸਿਰਫ਼ ਉੱਥੇ
ਦਰਸ਼ਕ ਬਣੇ ਹੀ ਨਜ਼ਰ ਆਏ ਨੇ ਤੇ ਪੁਲਿਸ ਮੁਲਾਜ਼ਮ ਜੋ ਨੇ ਉਹ ਸ਼ਰੇਆਮ ਲੋਕਾਂ ਦੇ ਨਾਲ ਗੁੰਡਾਗਰਦੀ ਕਰ ਰਹੇ ਸੀ। ਦੱਸ ਦਈਏ ਕਿ ਦੁਕਾਨਦਾਰ ਨੂੰ ਜਿੱਥੇ ਧਮਕਾਇਆ ਗਿਆ ਉੱਥੇ ਹੀ ਸੜਕ ਦੇ ਉੱਤੇ ਇੱਕ ਘੁੰਮ ਰਹੇ ਨੌਜਵਾਨ ਦੇ ਮੂੰਹ ਤੇ ਚਪੇੜ ਵੀ ਮਾਰੀ ਗਈ ਹੈ।